ਪੁੱਤਰ ਮੈਨੂੰ ਰੋਟੀ ਦੇ ਦੇ, ਭੁੱਖ ਲੱਗੀ ਆ, ਮੈਂ ਖਾ ਹੀ ਲਵਾਂ। ਬਾਪੂ ਹੁਣੇ ਤਾਂ ਤੂੰ ਖਾ ਕੇ ਗਿਆ ਸੀ, ਆ ਫੜ ਪਹਿਲਾਂ ਦੁੱਧ ਦੁਕਾਨ ਤੇ ਦੇ ਕੇ ਆ। ਬਾਪੂ ਜਾ ਕੇ ਆਪਣੇ ਪੋਤੇ ਨੂੰ ਪਹਿਲਾਂ ਲੈ ਆ, ਫਿਰ ਆ ਕੇ ਰੋਟੀ ਖਾ ਲਈ। ਮੇਰੇ ਪੁੱਤ ਨੂੰ ਭੁੱਖ ਲੱਗੀ ਹੋਣੀ ਆ। ਹਲੇ ਬਾਪੂ ਖਾ ਲਾ ਰੋਟੀ। ਇਹੀ ਖਾ ਲਾ ਬਾਪੂ। ਹੁਣ ਤੇਰੇ ਪੁੱਤ ਨੂੰ ਜਿਆਦਾ ਭੁੱਖ ਲੱਗੀ ਸੀ, ਉਹਨੇ ਦੋ ਰੋਟੀਆਂ ਵੱਧ ਖਾ ਲਈਆਂ, ਥੋੜੀ ਦੇਰ ਤੱਕ ਹੋਰ ਬਣਾ ਦੂੰਗੀ। ਆਕੜ ਤੇ ਇਸ ਬੁੱਢੇ ਦੀ ਖਤਮ ਹੀ ਨਹੀਂ ਹੁੰਦੀ। ਬਖਸ਼ ਕਰੇ, ਉਹ ਤਾਂ ਮੈਨੂੰ ਛੱਡ ਕੇ ਚਲੇ ਗਏ। ਤੇਰੇ ਬਾਅਦ ਮੇਰੀ ਇੰਨੀ ਬੇਕਦਰੀ ਹੋ ਜਾਊਗੀ, ਮੈਨੂੰ ਨਹੀਂ ਸੀ ਪਤਾ ਆਪਣਾ ਪੁੱਤਰ ਮੇਰੇ ਨਾਲ ਵਿਵਹਾਰ ਕਰੂਗਾ। ਮੈਂ ਤਾਂ ਕਦੇ ਸੋਚ ਵੀ ਨਹੀਂ ਸੀ ਸਕਦਾ। ਜਿਹੜਾ ਖੇਤ ਰਹਿ ਗਿਆ ਉਹਦੇ ਸਾਈਨ ਵੀ ਪੇਪਰਾਂ ਤੇ ਕਰਦੇ, ਵਕਤਾ ਕੁਝ ਪਤਾ ਨਹੀਂ। ਮੈਂ ਕਿਹੜੇ ਝਮੇਲੇ ਚ ਪਿਆ ਰਹੂੰਗਾ? ਤੂੰ ਕਾਹਦਾ ਝਮੇਲੇ ਚ ਪੈਣਾ? ਅਜੇ ਤਾਂ ਮੈਂ ਜਿਉਂਦਾ, ਮਰ ਜਾਊਂਗਾ ਤਾਂ ਜੋ ਮਰਜ਼ੀ ਕਰੀ। ਮੈਂ ਤਾਂ ਪਹਿਲਾਂ ਹੀ ਆਪਣੀ ਜ਼ਮੀਨ ਜਾਇਦਾਦ ਤੇਰੇ ਨਾਂ ਕਰਵਾ ਕੇ ਪਛਤਾ ਰਿਹਾ, ਤੂੰ ਤਾਂ ਮੈਨੂੰ ਰੋਟੀਆਂ ਵੀ ਵਾਂਝਿਆ ਕਰਕੇ ਰੱਖ ਦਿੱਤਾ। ਜੇ ਇਹ ਗੱਲ ਹੈ ਨਾ ਤਾਂ ਮੈਥੋਂ ਨੀ ਪੱਕਦੀ ਰੋਟੀ। ਜੇ ਸਾਈਨ ਨਹੀਂ ਨਾ ਕਰਨੇ ਆਪਣੀ ਰੋਟੀ ਆਪੇ ਪਕਾ ਲੋ ਤੇ ਖਾ ਲੋ। ਮੈਂ ਤਾਂ ਕਹਿੰਦੀ ਆ ਬਾਹਰ ਵਾਲਾ ਕਮਰਾ ਦੇ ਦੋ ਇਹਨੂੰ, ਜੇ ਸਾਈਨ ਨਹੀਂ ਕਰਦਾ ਤਾਂ। ਤੂੰ ਇਹਦੀ ਜ਼ੁਬਾਨ ਨੂੰ ਲਗਾਮ ਨਹੀਂ ਲਗਾ ਸਕਦਾ, ਮੈਂ ਇਸ ਕਰਕੇ ਤੈਨੂੰ ਇਹਨੇ ਲਾਡਾਂ ਨਾਲ ਪਾਲਿਆ। ਬਾਪੂ ਸਾਈਨ ਤਾਂ ਤੈਨੂੰ ਕਰਨਾ ਹੀ ਪੈਣਾ ਆ। ਜੇ ਇਹ ਗੱਲ ਆ ਨਾ, ਜਿੱਥੇ ਬਾਪੂ ਰਹੇਗਾ ਮੈਂ ਵੀ ਉੱਥੇ ਹੀ ਰਹੂੰਗਾ। ਜੇ ਤੁਸੀਂ ਬਾਪੂ ਨਾਲ ਅੱਜ ਇੱਦਾਂ ਕਰ ਰਹੇ ਹੋ ਨਾ, ਕੱਲ ਨੂੰ ਮੈਂ ਵੀ ਤੁਹਾਡੇ ਨਾਲ ਇਹੀ ਕਰਾਂਗਾ। ਤੂੰ ਆਪਣੀ ਜ਼ਿਆਦਾ ਜ਼ੁਬਾਨ ਨਾ ਖੋਲ, ਚੁੱਪ ਕਰ ਜਾ, ਚੱਲ ਇੱਧਰ ਆ। ਇਸ ਬੁੱਢੇ ਨੇ ਤਾਂ ਸਾਨੂੰ ਕਾਸੇ ਜੋਗਾ ਨਹੀਂ ਛੱਡਣਾ। ਮੈਂ ਤਾਂ ਕਹਿੰਦੀ ਕੱਢੋ ਇਹਨੂੰ ਬਾਹਰ, ਚੱਲ ਇੱਧਰ ਆ ਤੂੰ ਵੀ। ਨਹੀਂ ਹੁਣ ਇਹ ਨਹੀਂ ਹੋਣਾ। ਉਹ ਠੀਕ ਕਹਿ ਰਿਹਾ, ਸਾਡੇ ਬੱਚੇ ਨੇ ਮੇਰੀਆਂ ਅੱਖਾਂ ਖੋਲ ਦਿੱਤੀਆਂ, ਮੈਂ ਕੱਲ ਨੂੰ ਇਹ ਆਪਣੇ ਨਾਲ ਨਹੀਂ ਹੋਣ ਦੇਣਾ। ਇਹ ਕੱਲ ਅੱਜ ਤੇ ਕੱਲ ਦਾ ਮੈਂ ਚੱਕਰ ਹੀ ਖਤਮ ਕਰ ਦੇਣਾ। ਸਭ ਤੋਂ ਪਹਿਲਾਂ ਰੋਟੀ ਬਾਪੂ ਜੀ ਨੂੰ ਮਿਲੇਗੀ ਤੇ ਜੋ ਬਾਪੂ ਜੀ ਕਹਿਣਗੇ ਉਹੀ ਹੋਏਗਾ। ਸਾਡੇ ਬੁੱਢੇ ਮਾਂ ਬਾਪ ਉਸ ਬੁੱਢੇ ਰੁੱਖ ਵਾਂਗ ਹੁੰਦੇ ਆ, ਜਿਹੜਾ ਨੀਰੀ ਚੱਕੜ ਆਪਣੇ ਪਿੰਡੇ ਤੇ ਹੰਡਾ ਕੇ ਵੀ ਸਾਨੂੰ ਛਾਂ ਦਿੰਦਾ, ਉਹਦੇ ਬਦਲੇ ਸਾਡੇ ਤੋਂ ਕੁਛ ਨਹੀਂ ਮੰਗਦਾ।
ਸਾਡਾ ਵੀ ਇਹ ਫਰਜ਼ ਬਣਦਾ ਹੈ ਕਿ ਕਦੀ ਪਿਆਰ ਦਾ ਪਾਣੀ ਅਸੀਂ ਵੀ ਉਹਨੂੰ ਦਈਏ, ਤਾਂ ਕਿ ਉਹਦੀ ਛਾਂ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਵੀ ਮਿਲਦੀ ਰਹੇ।